वाहे निधान जगद गुरु हे संसार तप हरने करुणा में सब दुख हरो शरण जोग दयाल दीनानाथ मैं करो शरीर स्वस्थ कीन समय सिमरंत नानक राम दामोदर माधवे मन में चित्तवनी उदम करो उठनी हरि कीर्तन का आग्रह हरि देहो नानक के मीत नानक के मीत रे मन ऐसो कर सन्यास ऐसो कर सन्यास रे मन ऐसो कर सन्यास ऐसो कर सन्यास रे मन ऐसो कर सन्यास ऐसो कर सन्यास बन से सदन सवे कर समझो मन की मरे उदास बन से सदन सवे कर समझो मन की मरे उदास रे मन ऐसो कर सन्यास रे मन ऐसो कर सन्यास ऐसो
कर सन्यासा ऐसो कर सन्यासा जात की जटा जोग को मर नेम के नखन बढ़ाओ नेम के नखन बढ़ाओ जात की जटा जोग को मर नेम के बढ़ाओ नेम के नख में बजाओ ज्ञान गुरु आत्म उपदेश नाम विभूत लगाओ नाम विभूत लगाओ ऐसो कर सन्यासा ऐसो कर सन्यासा रे मनु ऐसो कर सन्यासा ऐसो कर सन्यासा रे मनु ऐसो कर सन्यास ऐसो कर सन्यास मन से सदन स्वे कर समझो मन ही मरे उदास मन से सदन स्वे कर समझो मन ही मगे उदासा रे मन ऐसो कर सन्यासा ऐसो कर सन्यासा ऐसो कर सन्यासा ऐसो कर सन्यासा अल्प आगा सुलभ जी निंद्रा दया सिमा तन प्रीत शील संतोष सदा निर्वाहे वो हवे वो त्रैगुण अतीत अल्प आहा सुलभ जी निंद्रा दया सिमा तन प्रीत शील संतो सदा निर्वह वो है वो त्रैगुण अतीत ऐसो कर सन्यासा ऐसो कर सन्यासा रे मन ऐसो कर सन्यासा ऐसो कर सन्यासा ऐसो कर सन्यासा रे मन ऐसो कर सन्यासा ऐसो कर ऐसो कर सन्यास ऐसो
करिष्ण आसा काम को अंकार लोभ हट मोह न मनुष्यों दावे काम क्रोध अहंकार लोभ हट मोह न मनुष्यों लावे काम क्रोध अहंकार लोभ मोह न मनुष्य लावे तब ही आत्म तत्व को दर्शे तब ही आत्म तत्व को दर्शे परम पुरख कह पावे ऐसो कर सन्यास ऐसो कर ऐसो कर सन्यास रे मन ऐसो कर सन्यास ऐसो कर सन्यास रे मन ऐसो कर सन्यास ऐसो कर सन्यास काम क्रोध अहंकार लोभ हट मोह न मनुष्यों ल्यावे मोह न मनुष्यों ल्यावे तब ही आत्म तत् को दर्शे परम पुरख कह पावे परम पुरख कह पावे ऐसो कर ऐसो कर ऐसो कर रे मन कर समझो मन की बड़ी उदासा मन से सदन सवै कर समझो मन की बड़ी उदासा रे मन ऐसो कर सन्यास ऐसो कर सन्यास ऐसो कर सन्यास मैं होने आया भाई साहब कीर्तन कर रहे थे मैं उन्हें पूछया किन्ने साल हो गए जी कहिंदे 68 साल हो गए मैनू ये शब्द नूं सुणदिआं वी ते गाउंदिआं वी
ਤੇ ਅੱਜ ਦੇ ਬਹੁਤੇ ਵਿਦਵਾਨ ਪੁਰਸ਼ ਜਿਹੜੇ ਨੇ ਨਾ, ਇਹ ਕੌਣ ਕਹਿ ਸਕਦਾ? ਗੁਰੂ ਦੇ ਦਰਬਾਰ ਵਿੱਚ ਹੀ ਕਿਹਾ ਜਾਏਗਾ ਨਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਹੋਰ ਕਿਹੜੇ ਦਰਬਾਰ ਵਿੱਚ ਜਾ ਕੇ ਗਾਏਗਾ? ਪਰ ਹੁਣ ਜਿਹੜੀ ਮਤ ਹੋਮੇ ਦੀ ਭਰੀ ਹੋਵੇ ਨਾ, ਉਹ ਗੁਰੂ 'ਤੇ ਵੀ ਕਿੰਤੂ ਪਰੰਤੂ ਕਰਦੀ। ਇੰਨੇ ਪਿਆਰੇ ਪਿਆਰੇ ਇਹ ਅਗਰ ਸ਼ਬਦ ਨਾ ਪੜ੍ਹੇ ਜਾਣ, ਰੇ ਮਨ ਐਸੋ ਕਰ ਸੰਨਿਆਸਾ, ਆਖੋ ਵਾਹ ਵਾਹ ਗੋਬਿੰਦ ਸਿੰਘ। ਮੇਰੇ ਮਾਲਕ ਜੀ ਆਪ ਕਹਿੰਦੇ ਨੇ, ਪਾਤਸ਼ਾਹੀ ਦਸਵੀਂ ਬੋਲਦੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਹਿੰਦੇ ਨੇ, ਦੇਖ ਅਗਰ ਇਹ ਰਹਿਤ ਰੱਖੇਗਾ ਤੇ ਤੈਨੂੰ ਰੱਬ ਮਿਲ ਜਾਏਗਾ। ਸਾਰਾ ਸ਼ਬਦ ਬੋਲ ਰਿਹਾ, ਕਾਮ ਕ੍ਰੋਧ ਅਹੰਕਾਰ ਲੋਭ ਹੱਠ ਮੋਹ ਨ ਮਨ ਸਿਉਂ ਲਾਵੇ, ਤਬ ਹੀ ਆਤਮ ਤਤ ਕੋ ਦਰਸ਼ਨ। ਜੇ ਤੂੰ ਆਤਮਾ ਦੇ ਦਰਸ਼ਨ, ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ, ਨਿੱਜ ਆਤਮੇ ਵਿੱਚ ਜਿਹੜਾ ਵਾਹਿਗੁਰੂ ਬੈਠਾ ਉਹਦੇ ਦਰਸ਼ਨ ਕਰਨਾ ਚਾਹੁੰਦਾ, ਤੇ ਤੈਨੂੰ ਇਹ ਰਹਿਤ ਰੱਖਣੀ ਪਈ। ਪਤਾ ਨਹੀਂ ਕਿੱਦਾਂ ਉਹਨਾਂ ਦੀ ਮਤ ਕੰਮ ਕਰਦੀ ਹੈ, ਜਿਹੜਾ ਕਹਿੰਦੇ ਨੇ ਬਈ ਇਹ ਬਾਣੀ ਨਹੀਂ, ਪਰ ਸਾਨੂੰ ਤੇ ਇਹ ਸਾਡਾ ਰੱਬ ਲੱਗਦਾ। ਸਾਰੇ ਗਾਓ, ਬੜੇ ਪਿਆਰੇ ਬੋਲ ਮੇਰੇ ਬਾਬਾ ਜੀ ਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲ ਰਹੇ ਨੇ, ਆਪ ਬੋਲ ਰਹੇ ਨੇ, ਕੋਈ ਕੀਰਤਨੀਆਂ ਥੋੜ੍ਹੀ ਨਾ ਕਾ ਬੋਲ ਸਕਦਾ, ਉਹ ਆਪ ਬੋਲਦਾ। ਰੇ ਮਨ ਐਸੋ ਕਰ ਸੁਨਿਆਸਾ, ਐਸੋ ਕਰ ਸੁਨਿਆਸਾ, ਐਸੋ ਕਰ ਸੁਨਿਆਸਾ, ਐਸੋ ਕਰ ਸੁਨਿਆਸਾ। ਵਾਹਿਗੁਰੂ 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 ਵਾਹਿਗੁਰੂ। ਸਦਾ ਰਹੇ ਕੰਚਨ ਸੀਤਾਇਆ, ਕਾਲ ਨ ਕਬੂ ਵਿਆਪੇ। ਸਦਾ ਰਹੇ ਕੰਚਨ ਸੀਕਾਇਆ, ਸਦਾ ਰਹੇ ਕੰਚਨ ਸੀਕਾਇਆ, ਕਾਲ ਨ ਕਬੂ ਵਿਆਪੇ। ਸਦਾ ਰਹੇ ਕੰਚਨ ਸੀਖਾਇਆ, ਸਦਾ ਰਹੇ ਕੰਚਨ ਸੀਖਾਇਆ, ਕਾਲ ਨ ਕਬੂ ਵਿਆਪੇ, ਕਾਲ ਨ ਕਬੂ ਵਿਆਪੇ। ਸਦਾ ਰਹੇ ਕੰਚਨ ਸੀਖਾਇਆ, ਸਦਾ ਰਹੇ ਕੰਚਨ ਸੀਖਾਇਆ, ਕਾਲ ਨ ਕਬੂ ਵਿਆਪੇ, ਕਾਲ ਨ ਕਬੂ ਵਿਆਪੇ। ਆਤਮ ਉਪਦੇਸ਼ ਇਸ ਸੰਜਮ ਕੋ, ਆਤਮ ਉਪਦੇਸ਼ ਇਸ ਸੰਜਮ ਕੋ, ਜਾਪ ਸੋ ਅਜਪ ਜਾਪੇ, ਜਾਪ ਸੋ ਅਜਪ ਜਾਪੇ। ਸਦਾ ਰਹੇ ਕੰਚਨ ਸੀਖਾਇਆ, ਸਦਾ ਰਹੇ ਕੰਚਨ ਸੀਖਾਇਆ, ਕਾਲ ਨ ਕਬੂ ਵਿਆਪੇ, ਕਾਲ ਨ ਕਬੂ ਵਿਆਪੇ। ਆਤਮ ਉਪਦੇਸ਼ ਪੇਸ ਸੰਜਮ ਕੋ, ਆਤਮ ਉਪਦੇਸ਼ ਪੇਸ ਸੰਜਮ ਕੋ, ਜਾਪ
ਜਪੈ ਜਪ ਸੋ ਅਜਪ ਜਪੈ ਸਦਾ ਰਹੇ ਕੰਚਨ ਸਿਖਾਇਆ ਸਦਾ ਰਹੇ ਕੰਚਨ ਸਿਖਾਇਆ ਕਾਲ ਨਖ ਵਿਆਪੈ ਕਾਲ ਰੇ ਮਨ ਇਹ ਵਿਦ ਜੋਗ ਕਮਾਵੋ ਰੇ ਮਨ ਇਹ ਵਿਦ ਜੋਗ ਕਮਾਵੋ ਰੇ ਮਨ ਇਹ ਬਿਦ ਜੋਗ ਕਮਾਓ ਰੇ ਮਨ ਇਹ ਬਿਦ ਜੋਗ ਕਮਾਓ ਰੇ ਮਨ ਇਹ ਬਿਦ ਜੋਗ ਕਮਾਓ ਸਿੰਘੀ ਸਾਥ ਅਕਪਟ ਕੰਠ ਲਾ ਸਿੰਘੀ ਸਾਥ ਅਕਪਟ ਕੰਠ ਲਾ ਧਿਆਨ ਵਿਭੂਤ ਚੜਾਵੋ ਧਿਆਨ ਵਿਭੂਤ ਚੜਾਵੋ ਸਦਾ ਰਹੇ ਕੰਚਨ ਸਿਖਾਇਆ ਸਦਾ ਰਹੇ ਕੰਚਨ ਸਿਖਾਇਆ ਕਾਲ ਨਖ ਤਾਤੀ ਗਹੋ ਆਤਮ ਬਸ ਕਰ ਕੀ ਪਿੱਛਾ ਨਾਮ ਅਧਾਰਮ ਪਿੱਛਾ ਨਾਮ ਅਧਾਰਮ ਤਾਤੀ ਕਹੋ ਆਤਮ ਬਸ ਕਰ ਕੀ ਪਿੱਛਾ ਨਾਮ ਅਧਾਰਮ ਪਿੱਛਾ ਨਾਮ ਅਧਾਰਮ ਬਾਜੇ ਪਰਮ ਤਾਰ ਤਤ ਹਰੀ ਕੋ ਬਾਜੇ ਪਰਮ ਤਾਰ ਤਤ ਹਰੀ ਕੋ ਉਪਜੈ ਰਾਗ ਰਸਾਰੰ ਉਪਜੈ ਰਾਗ ਰਸਾਰੰ ਸਦਾ ਰਹੇ ਕੰਚਨ ਸਿਖਾਇਆ ਸਦਾ ਰਹੇ ਕੰਚਨ ਸਿਖਾਇਆ ਸਦਾ ਰਹੇ ਕੰਚਨ ਸਿਖਾਇਆ ਕਾਲ ਨਖ ਵਿਆਪੈ ਕਾਲ ਨਖ ਵਿਆਪੈ ਆਤਮ ਉਪਦੇਸ਼ ਇਸ ਸੰਜਮ ਕੋ ਆਤਮ ਉਪਦੇਸ਼ ਇਸ ਸੰਜਮ ਕੋ ਜਾਪ ਸੋ ਅਜਪ ਜਪੈ ਜਪ ਸੋ ਅਜਪ ਜਪੈ ਸਦਾ ਰਹੇ ਕੰਚਨ ਸਿਖਾਇਆ ਸਦਾ ਰਹੇ ਕੰਚਨ ਸਿਖਾਇਆ ਕਾਲ ਨ ਕਰੂ ਜਪੈ ਕਾਲ ਨ ਕਰੂ ਜਪੈ ਕਾਲ ਨ ਕਰੂ ਜਪੈ ਕਾਲ ਨ ਉਗਟੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਧਾਰੰ ਉਗਟੈ ਤਾਨ ਰੰਗ ਰੰਗ ਅਤ
ਗਿਆਨ ਕੀਤ ਬੰਧਾ ਚੱਕ ਚੱਕ ਰਖੇ ਦੇਵ ਦਾਨਵ ਮੁੰਨ ਚੱਕ ਚੱਕ ਰਖੇ ਦੇਵ ਦਾਨਵ ਮੁੰਨ ਚੱਕ ਚੱਕ ਰਖੇ ਦੇਵ ਦਾਨਵ ਮੁੰਨ ਛੱਕ ਛੱਕ ਵਿਓਮ ਵਿਵਾਨ ਆਤਮ ਉਪਦੇਸ਼ ਭੇਸ ਸੰਜਮ ਕੋ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜੱਬਾ ਜਾਪੈ ਜਾਪ ਸੋ ਅਜੱਬਾ ਜਾਪੈ ਸਦਾ ਰਹੇ ਕੰਚਨ ਸਿਖਾਇਆ ਸਦਾ ਰਹੇ ਕੰਚਨ ਸਿਖਾਇਆ ਸਦਾ ਰਹੇ ਕੰਚਨ ਸਿਖਾਇਆ ਕਾਲ ਨ ਕਬੂ ਵਿਆਪੈ ਕਾਲ ਨ ਕਬੂ ਵਿਆਪੈ ਕਾਲ ਨ ਕਬੂ ਵਿਆਪੈ ਕਾਲ ਨ ਕਬੂ ਵਿਆਪੈ ਆਤਮ ਉਪਦੇਸ਼ ਭੇਸ ਸੰਜਮ ਕੋ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜੱਬਾ ਜਾਪੈ ਜਾਪ ਸੋ ਅਜੱਬਾ ਜਾਪੈ ਸਦਾ ਰਹੇ ਕੰਚਨ ਸਿਖਾਇਆ ਸਦਾ ਰਹੇ ਕੰਚਨ ਸਿਖਾਇਆ ਕਾਲ ਨ ਕਬੂ ਵਿਆਪੈ 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 ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨਾਂ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਕਹਿਣਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਕਹਿਣਾ ਰਜਾਈਆਂ ਦਾ ਓਨ
ਰਜਾਈਆਂ ਦਾ ਓਡਣ ਨਾਗ ਨਿਆਸਾਂ ਦੇ ਦੇਣਾ ਨਾਗ ਨਿਵਾਸਾਂ ਦੇ ਦੇਣਾ ਮਿੱਤਰ ਪਿਆ ਦੇ ਹਰ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨਾ ਹਰ ਮੁਰੀਦਾਂ ਦਾ ਕਹਿਣਾ ਸੂਲ ਸੁਰਾਗੀ ਖੰਜਰ ਪਿਆਲਾ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨਾ ਹਾਲ ਮੁਰੀਦਾਂ ਦਾ ਕਹਿਣਾ ਸੱਥਰ ਚੰਗਾ
ਰਜਾਈਆਂ ਗਾਇਓ ਰੈ ਸ਼ਬਦ ਬਹੁਤ ਉੱਚੇ ਨੇ ਕਿਉਂਕਿ ਮੇਰਾ ਮਾਲਕ ਉੱਚਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ ਇਹ ਅਸੀਂ ਗਾ ਸਕਦੇ ਹਾਂ ਸਾਡੀ ਗੱਲਬਾਤ ਨਹੀਂ ਹੈ ਤੁਧ ਬਿਨ ਰੋਗ ਰਜਾਈਆਂ ਦਾ ਓਡਣ ਸਾਡੀ ਤਾਂ ਗੱਲਬਾਤ ਨਹੀਂ ਯਾਰੜੇ ਦਾ ਸਾਨੂੰ ਸੱਥਰ ਚੰਗਾ ਸਾਡੀ ਗੱਲਬਾਤ ਨਹੀਂ ਇਹ ਮਾਲਕ ਦੀ ਗੱਲਬਾਤ ਅਸੀਂ ਕਿਉਂ ਗਾਉਣਾ ਕਿ ਮਾਲਕ ਨੂੰ ਧੰਨ ਕਹਿਣ ਵਾਲਾ ਉਹਨੂੰ ਖੁਸ਼ੀਆਂ ਮਿਲਦੀਆਂ ਪਿਆਰ ਮਿਲਦਾ ਧੰਨ ਗੁਰੂ ਗੋਬਿੰਦ ਸਿੰਘ ਨੂੰ ਵਾਹ ਵਾਹ ਕਿਉਂ ਕਹਿਣਾ ਸਾਡੀ ਜ਼ਿੰਦਗੀ 'ਚ ਵਾਹ ਵਾਹ ਆ ਜਾਏਗਾ ਵਾਹ ਵਾਹ ਲਫ਼ਜ਼ ਹੈ ਆਸ਼ਚਰਜ ਦਾ ਖੁਸ਼ੀ ਦਾ ਖੇੜੇ ਦਾ ਲਫ਼ਜ਼ ਹੈ ਵਾਹ ਅਤੇ ਜਦੋਂ ਆਪਾਂ ਕਿਸੇ ਗੁਰੂ ਨੂੰ ਜਾਂ ਗੁਰਸਿੱਖ ਨੂੰ ਕਹਿੰਦੇ ਨਾ ਤੂੰ ਵਾਹ ਹੈ ਤਾਂ ਸਾਡੀ ਜ਼ਿੰਦਗੀ 'ਚ ਖੇੜਾ ਪੈਦਾ ਹੁੰਦਾ ਸਾਨੂੰ ਚਾਹ ਪੈਦਾ ਹੁੰਦਾ ਇੱਦਾਂ ਦੇ ਬਣੀ ਆ ਇਸ ਲਈ ਗੁਰੂ ਨੇ ਜਿੱਥੇ ਕਿਹਾ ਗੁਰੂ ਨੂੰ ਵਾਹ ਕਹਿ ਉੱਥੇ ਗੁਰਸਿੱਖ ਨੂੰ ਵਾਹ ਕਹਿ ਵਾਹ ਵਾਹ ਕਰ ਉਸ ਅਕਾਲ ਪੁਰਖ ਦੀ ਵਾਹ ਵਾਹ ਕਰ ਵਾਹ ਵਾਹ ਕਰਦਿਆਂ ਕਰਦਿਆਂ ਇੱਕ ਦਿਨ ਤੇਰੇ ਹਿਰਦੇ 'ਚ ਵਾਹ ਵਾਹ ਪੈਦਾ ਹੋ ਜਾਣਾ ਵਾਹ ਵਾਹ ਕਰੇ ਸਹੀ ਜਨ ਸੋਹਣੀ ਤੈਨੂੰ ਕੋ ਪਰਜਾ ਪੂਜਣ ਆਈ ਵਹੁ ਵਹੁ ਕਰਤੀ ਰਸਨਾ ਸ਼ਬਦ ਸੁਹਾਈ ਇਹ ਦੇਖੋ ਮੇਰਾ ਮਾਲਕ ਮਾਛੀਵਾੜੇ ਦੇ ਜੰਗਲਾਂ 'ਚ ਸਰਬੰਸ ਵਾਰ ਕੇ ਸਭ ਕੁਛ ਵਾਰ ਕੇ ਇੱਦਾਂ ਦਾ ਫਕੀਰ ਨਹੀਂ ਉਹ ਲੱਭਣਾ ਇੱਦਾਂ ਦਾ ਗੁਰੂ ਨਹੀਂ ਲੱਭਣਾ ਉਹ ਆਪ ਰੱਬ ਸੀ ਅਧੂਰਾ ਨਹੀਂ ਸੀ ਅੱਜ ਦੇ ਅਧੂਰੇ ਹੈ ਅੱਜ ਦੇ ਗੁਰੂ ਅਧੂਰੇ ਨੇ ਪਰ ਉਹ ਪੂਰਾ ਸੀ ਗੁਰ ਕੀ ਮਹਿਮਾ ਕਿਹਾ ਕਹਾਂ ਗੁਰ ਵਿਵੇਕ ਸਤਸਰ ਉਹ ਆਦਿ ਜੁਗਾਦੀ ਜੁਗੈ ਜੁਗ ਪੂਰਾ ਪਰਮੇਸ਼ਰ ਪੂਰਾ ਪਰਮੇਸ਼ਰ ਸਭ ਕੁਛ ਵਾਰ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ ਤੂੰ ਮੇਰੇ ਕੋਲ ਹੈ ਨਾ ਸਭ ਕੁਛ ਤੁਰ ਗਿਆ ਕੋਈ ਕੋਈ ਗੱਲਬਾਤ ਤੂੰ ਨਾ ਜਾ ਤੂੰ ਨਹੀਂ ਜਾਣਾ ਚਾਹੀਦਾ ਬਾਕੀ ਸਭ ਕੁਛ ਤੁਰ ਜਾ ਐਸੀ ਬਾਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਹੈ ਜਿਹੜਾ ਜਿਹੜਾ ਗੁਰੂ ਕਾ ਸਿੱਖ ਪਿਤਾ ਜੀ ਦੇ ਕਹੇ ਅਨੁਸਾਰ ਅੰਮ੍ਰਿਤ ਦੀ ਦਾਤ ਲੈ ਕੇ ਜਿਵੇਂ ਭਾਈ ਸਾਹਿਬ ਗਾ ਰਹੇ ਸੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ
उसका चेहरा ज्यों ज्यों रहत निभाउंदा त्यों त्यों गुरु का प्यार लैंदा। सानू भी चाह चढ़ना चाहिए, असी भी अमृत छकीए, असी भी अमृत वेला संभालीए, असी भी पंजां बाणियां दा नितनेम करिए, असी भी सोधर दा टाइम संभालीए, असी भी सोलह साहब नूं संभालीए, चंगे चंगे काम करिए तां कि गुरु गोबिंद सिंह पिता जी सानू प्यार करन, प्यार करन। ये सारे कीर्तन दरबारों का मकसद यही होंदा है, होर कोई मकसद नहीं। असी जिन्ने मर्जी मकसद बनाई जाइए, मकसद इको ही है कि साढ़े मन च चाह पैदा होवे कीर्तन दरबार का, कि साढ़े अंदर चाह पैदा होवे असी बाणी पढ़ीए, चंगे चंगे काम करिए। इयां खाड़ चलो हर ला आगे बसन सुहेला, गलतियां दी खिमा फतेह बुलाओ जी। वाहिगुरु जी का खालसा, वाहिगुरु।